ਅਬਲੀ ਜੀ ਫਿਰ ਕਿੱਦਾਂ ਚੱਲਦਾ ਘਰ ਦਾ ਗੁਜ਼ਾਰਾ? ਤੁਸੀਂ ਹੈਂਡੀਕੈਪ ਹੋ ਕੇ ਝੋਨਾ ਵੀ ਲਗਾਉਂਦੇ ਹੋ? ਖਬਰ ਗੁਰਦਾਸਪੁਰ ਤੋਂ। ਕਰਦੀਆਂ ਮਜਬੂਰੀਆਂ ਦਾ ਬੱਚਾ ਅਪਾਹਜ ਚੋਣਾਂ ਲਾਉਣ ਲਈ ਮਜਬੂਰ। ਮਨੁੱਖ ਦੀਆਂ ਇੱਛਾ ਸ਼ਕਤੀ ਉਸ ਨੂੰ ਮਜ਼ਬੂਤ ਰੱਖਦੀ ਹੈ, ਉਹ ਕਦੇ ਵੀ ਹਾਰਦਾ ਨਹੀਂ ਹੈ। ਅਪਾਹਜ ਹੁੰਦਿਆਂ ਹੋਇਆਂ ਵੀ ਜ਼ਿੰਦਗੀ ਨਾਲ ਲੜਾਈ ਲੜ ਰਿਹਾ ਹੈ। ਬਚਪਨ ਤੋਂ ਬਿਮਾਰੀਆਂ ਨਾਲ ਅਪਾਹਜ ਹੋਏ ਲਵਲੀ ਨੇ ਦਿਲ ਨਹੀਂ ਛੱਡਿਆ। ਉਹ ਧੁੱਪ ਵਿੱਚ ਅਤਿ ਦੀ ਗਰਮੀ ਵਿੱਚ ਚੋਣਾਂ ਲਗਾ ਰਿਹਾ ਹੈ। ਉਸ ਨਾਲ ਕੁਦਰਤ ਨੇ ਵੀ ਘੱਟ ਨਹੀਂ ਕੀਤੀ। ਉਸ ਦੇ ਹੁਣ ਸਿਰ ਤੇ ਬਜ਼ੁਰਗ ਮਾਂ ਅਤੇ ਬਾਕੀ ਪਰਿਵਾਰ ਦੇ ਘਰ ਖਰਚ ਦੀ ਜ਼ਿੰਮੇਵਾਰੀ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਲੌਂਗਵਾਲ ਦੇ ਖੇਤਾਂ 'ਚ ਫੋੜੀ ਨਾਲ ਚੱਲਦੇ ਤੇ ਇੱਕ ਲੱਤ ਤੋਂ ਅਪਾਹਜ ਲਵਲੀ ਚੋਣਾਂ ਲਗਾ ਰਿਹਾ ਹੈ। ਲਵਲੀ ਦਾ ਕਹਿਣਾ ਹੈ ਕਿ ਉਹ ਮਿਹਨਤ ਦੀ ਰੋਟੀ ਖਾਣਾ ਪਸੰਦ ਕਰਦਾ ਹੈ। ਸੀਜ਼ਨ ਤੋਂ ਬਿਨਾਂ ਉਹ ਮੋਚੀ ਦਾ ਕੰਮ ਵੀ ਨਹੀਂ ਕਰਦਾ, ਲੇਕਿਨ ਘਰ ਦੀ ਮਜਬੂਰੀ ਹੈ ਅਤੇ ਪਰਿਵਾਰ ਲਈ ਦੋ ਟੁੱਕ ਰੋਟੀ ਲਈ ਉਹ ਚੋਣਾਂ ਲਗਾ ਰਿਹਾ ਹੈ। ਇਹ ਹਰ ਸਾਲ ਲਗਾਉਂਦਾ ਹੈ। ਲਵਲੀ ਆਪਣੇ ਦੁੱਖਾਂ ਨੂੰ ਮੁਸਕਰਾਹਟ ਵਿੱਚ ਬਿਆਨ ਕਰਦਾ ਦੱਸਦਾ ਹੈ ਕਿ ਉਸਨੂੰ ਖੇਡਾਂ ਦਾ ਸ਼ੌਕ ਵੀ ਸੀ ਅਤੇ ਭਾਵੇਂ ਉਹ ਅੰਗਹੀਣ ਹੈ, ਲੇਕਿਨ ਉਸਨੂੰ ਫੋੜੀ ਨਾਲ ਦੌੜ ਮੁਕਾਬਲੇ 'ਚ ਵੀ ਹਿੱਸਾ ਲਿਆ ਅਤੇ ਕਈ ਵਾਰ ਉਸਨੂੰ ਜਿੱਤ ਹਾਸਿਲ ਹੋਈ ਹੈ। ਪਹਿਲਾ ਸਥਾਨ ਵੀ ਮਿਲਿਆ, ਲੇਕਿਨ ਇਨਾਮੀ ਰਾਸ਼ੀ ਬਹੁਤ ਘੱਟ ਸੀ ਅਤੇ ਉਹ ਉਸ ਖੇਡਾਂ 'ਚ ਅੱਗੇ ਕੋਈ ਰੁਜ਼ਗਾਰ ਨਜ਼ਰ ਨਹੀਂ ਆਇਆ।